ਇਹ ਥੱਲੋਂ ਦੀ ਆਉਂਦਾ ਬਾਈ ਪਰੜੀ ਦੇ ਪਾਣੀ ਜਮਾ ਇੱਧਰ ਨਹਿਰ ਆ ਤੇ ਥੱਲੋਂ ਦੀ ਆਈ ਜਾਂਦਾ ਪਰੜੀ ਤੇ ਐਂ ਨਹੀਂ ਪਤਾ ਲੱਗਦਾ ਵੀ ਆਉਂਦਾ ਕਿੱਧਰ ਦੀ ਹੈ। ਭਾਖੜਾ ਨਹਿਰ ਦੇ ਵਿੱਚ ਵੱਡਾ ਪਾੜ ਪਿਆ ਜਿਸ ਦੇ ਕਾਰਨ ਪੰਜਾਬ ਦਾ ਇੱਕ ਪਿੰਡ ਹੁਣ ਪੂਰਾ ਹੀ ਪਾਣੀ ਦੀ ਚਪੇਟ ਦੇ ਵਿੱਚ ਹੈ। ਤਾਂ ਦੱਸ ਦਈਏ ਕਿ ਲਗਾਤਾਰ ਇਹ ਪਾੜ ਵੱਧਦਾ ਜਾ ਰਿਹਾ ਹੈ ਅਤੇ ਹੋ ਸਕਦਾ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੜ੍ਹਾਂ ਵਰਗੀ ਸਥਿਤੀ ਆ ਸਕਦੀ ਹੈ। ਤਾਂ ਦੱਸ ਦਈਏ ਕਿ ਅੱਧੀ ਰਾਤ ਨੂੰ ਭਾਖੜਾ ਨਹਿਰ ਦੇ ਵਿੱਚ ਇਹ ਵੱਡਾ ਪਾੜ ਪਿਆ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਲੋਕ ਇਸ ਨਹਿਰ ਦੇ ਕਿਨਾਰੇ 'ਤੇ ਇਕੱਠੇ ਹੋ ਗਏ ਅਤੇ ਇਸ ਪਾੜ ਨੂੰ ਪੂਰਨ ਦੇ ਵਿੱਚ ਲੱਗੇ ਹੋਏ ਨੇ। JCB ਮਸ਼ੀਨਾਂ ਮੰਗਵਾਈਆਂ ਗਈਆਂ ਨੇ, ਟਰੈਕਟਰ ਟਰਾਲੀਆਂ ਦੇ ਵਿੱਚ ਮਿੱਟੀ ਢੋ ਕੇ ਲਿਆਉਂਦੀ ਜਾ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਇਸ ਪਾੜ ਨੂੰ ਪੂਰਿਆ ਜਾ ਸਕੇ। ਪਰ ਹਾਲੇ ਤੱਕ ਇਸ ਨੂੰ ਪੂਰਿਆ ਨਹੀਂ ਗਿਆ। ਕਿਸਾਨਾਂ ਦੀਆਂ ਕਈ ਏਕੜ ਫਸਲ ਬਰਬਾਦ ਹੋ ਚੁੱਕੀ ਹੈ। ਪੂਰਾ ਪਿੰਡ ਪਾਣੀ ਦੀ ਚਪੇਟ ਦੇ ਵਿੱਚ ਹੈ, ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਤਾਂ ਦੱਸ ਦਈਏ ਕਿ ਇਹ ਜੋ ਪਾੜ ਪਿਆ ਪੰਜਾਬ ਹਰਿਆਣਾ ਦੀ ਸਰਹੱਦ ਦੇ ਨਾਲ ਲੱਗਦੇ ਪਿੰਡ ਨਥੇਹਾ ਦੇ ਵਿੱਚ ਪਿਆ ਜਿੱਥੇ ਕਿ ਬੀਤੀ ਸ਼ਾਮ ਨੂੰ ਅਚਾਨਕ ਹੀ ਭਾਖੜਾ ਨਹਿਰ ਟੁੱਟ ਜਾਂਦੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੋ ਜਾਂਦਾ ਹੈ। ਪਾਣੀ ਲਗਾਤਾਰ ਭਾਖੜਾ ਨਹਿਰ ਦੇ ਵਿੱਚ ਹੁਣ ਵੱਧਦਾ ਜਾ ਰਿਹਾ ਕਿਉਂਕਿ ਪਹਾੜਾਂ ਦੇ ਵਿੱਚ ਬਾਰਿਸ਼ ਸ਼ੁਰੂ ਹੋ ਚੁੱਕੀ ਹੈ, ਨਦੀਆਂ ਨਾਲੇ ਉਫਾਨ ਦੇ ਉੱਤੇ ਨੇ ਅਤੇ ਭਾਖੜਾ ਦੇ ਵਿੱਚ ਪਾਣੀ ਹੁਣ ਵੱਧਦਾ ਜਾ ਰਿਹਾ। ਤਾਂ ਇਸੇ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਵਾਲੇ ਪਾਸੇ ਇਹ ਭਾਖੜਾ ਨਹਿਰ ਦੇ ਵਿੱਚ ਪਾੜ ਪਿਆ, ਕਈ ਫੁੱਟ ਚੌੜਾ ਇਹ ਪਾੜ ਦੱਸਿਆ ਜਾ ਰਿਹਾ। ਮੌਕੇ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਨੇ ਅਤੇ ਇਸ ਪਾੜ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਲੋਕਾਂ ਦਾ ਕਹਿਣਾ ਕਿ ਜੇਕਰ ਜਲਦੀ ਇਸ ਪਾੜ ਨੂੰ ਨਾ ਪੂਰਿਆ ਗਿਆ ਤਾਂ ਪੰਜਾਬ ਦੇ ਕਈ ਪਿੰਡ ਪਾਣੀ ਦੇ ਵਿੱਚ ਡੁੱਬ ਸਕਦੇ ਨੇ। ਤਾਂ ਦੱਸ ਦਈਏ ਕਿ ਭਾਖੜਾ ਨਹਿਰ ਦੇ ਵਿੱਚ ਇਹ ਵੱਡਾ ਪਾੜ ਪਿਆ, ਤਲਵੰਡੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਹੁਣ ਲੋਕ ਖੁਦ ਹੀ ਇਸ ਪਾੜ ਨੂੰ ਪੂਰਨ ਦੇ ਵਿੱਚ ਲੱਗੇ ਹੋਏ ਨੇ। ਤਾਂ ਦੱਸ ਦਈਏ ਕਿ ਹਨੇਰੇ ਦੇ ਵਿੱਚ ਵੀ ਲਗਾਤਾਰ ਇਸ ਪਾੜ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਹਾਲੇ ਤੱਕ ਇਸ ਪਾੜ ਨੂੰ ਪੂਰਿਆ ਨਹੀਂ ਜਾ ਸਕਿਆ। ਕਿਸਾਨਾਂ ਦੀ ਕਈ ਏਕੜ ਫਸਲ ਬਰਬਾਦ ਹੋ ਚੁੱਕੀ ਹੈ। ਇਹ ਥੱਲੋਂ ਦੀ ਆਉਂਦਾ ਬਾਈ ਪਰੜੀ ਦੇ ਪਾਣੀ ਜਮਾ ਇੱਧਰ ਨਹਿਰ ਆ ਤੇ ਥੱਲੋਂ ਦੀ ਆਈ ਜਾਂਦਾ ਪਰੜੀ ਤੇ ਐਂ ਨਹੀਂ ਪਤਾ ਲੱਗਦਾ ਵੀ ਆਉਂਦਾ ਕਿੱਧਰ ਦੀ ਹੈ। ਭਾਖੜਾ ਨਹਿਰ ਦੇ ਵਿੱਚ ਵੱਡਾ ਪਾੜ ਪਿਆ ਜਿਸ ਦੇ ਕਾਰਨ ਪੰਜਾਬ ਦਾ ਇੱਕ ਪਿੰਡ ਹੁਣ ਪੂਰਾ ਹੀ ਪਾਣੀ ਦੀ ਚਪੇਟ ਦੇ ਵਿੱਚ ਹੈ। ਤਾਂ ਦੱਸ ਦਈਏ ਕਿ ਲਗਾਤਾਰ ਇਹ ਪਾੜ ਵੱਧਦਾ ਜਾ ਰਿਹਾ ਹੈ ਅਤੇ ਹੋ ਸਕਦਾ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੜ੍ਹਾਂ ਵਰਗੀ ਸਥਿਤੀ ਆ ਸਕਦੀ ਹੈ। ਤਾਂ ਦੱਸ ਦਈਏ ਕਿ ਅੱਧੀ ਰਾਤ ਨੂੰ ਭਾਖੜਾ ਨਹਿਰ ਦੇ ਵਿੱਚ ਇਹ ਵੱਡਾ ਪਾੜ ਪਿਆ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਲੋਕ ਇਸ ਨਹਿਰ ਦੇ ਕਿਨਾਰੇ 'ਤੇ ਇਕੱਠੇ ਹੋ ਗਏ ਅਤੇ ਇਸ ਪਾੜ ਨੂੰ ਪੂਰਨ ਦੇ ਵਿੱਚ ਲੱਗੇ ਹੋਏ ਨੇ। JCB ਮਸ਼ੀਨਾਂ ਮੰਗਵਾਈਆਂ ਗਈਆਂ ਨੇ, ਟਰੈਕਟਰ ਟਰਾਲੀਆਂ ਦੇ ਵਿੱਚ ਮਿੱਟੀ ਢੋ ਕੇ ਲਿਆਉਂਦੀ ਜਾ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਇਸ ਪਾੜ ਨੂੰ ਪੂਰਿਆ ਜਾ ਸਕੇ। ਪਰ ਹਾਲੇ ਤੱਕ ਇਸ ਨੂੰ ਪੂਰਿਆ ਨਹੀਂ ਗਿਆ। ਕਿਸਾਨਾਂ ਦੀਆਂ ਕਈ ਏਕੜ ਫਸਲ ਬਰਬਾਦ ਹੋ ਚੁੱਕੀ ਹੈ। ਪੂਰਾ ਪਿੰਡ ਪਾਣੀ ਦੀ ਚਪੇਟ ਦੇ ਵਿੱਚ ਹੈ, ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਤਾਂ ਦੱਸ ਦਈਏ ਕਿ ਇਹ ਜੋ ਪਾੜ ਪਿਆ ਪੰਜਾਬ ਹਰਿਆਣਾ ਦੀ ਸਰਹੱਦ ਦੇ ਨਾਲ ਲੱਗਦੇ ਪਿੰਡ ਨਥੇਹਾ ਦੇ ਵਿੱਚ ਪਿਆ ਜਿੱਥੇ ਕਿ ਬੀਤੀ ਸ਼ਾਮ ਨੂੰ ਅਚਾਨਕ ਹੀ ਭਾਖੜਾ ਨਹਿਰ ਟੁੱਟ ਜਾਂਦੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੋ ਜਾਂਦਾ ਹੈ। ਪਾਣੀ ਲਗਾਤਾਰ ਭਾਖੜਾ ਨਹਿਰ ਦੇ ਵਿੱਚ ਹੁਣ ਵੱਧਦਾ ਜਾ ਰਿਹਾ ਕਿਉਂਕਿ ਪਹਾੜਾਂ ਦੇ ਵਿੱਚ ਬਾਰਿਸ਼ ਸ਼ੁਰੂ ਹੋ ਚੁੱਕੀ ਹੈ, ਨਦੀਆਂ ਨਾਲੇ ਉਫਾਨ ਦੇ ਉੱਤੇ ਨੇ ਅਤੇ ਭਾਖੜਾ ਦੇ ਵਿੱਚ ਪਾਣੀ ਹੁਣ ਵੱਧਦਾ ਜਾ ਰਿਹਾ। ਤਾਂ ਇਸੇ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਵਾਲੇ ਪਾਸੇ ਇਹ ਭਾਖੜਾ ਨਹਿਰ ਦੇ ਵਿੱਚ ਪਾੜ ਪਿਆ, ਕਈ ਫੁੱਟ ਚੌੜਾ ਇਹ ਪਾੜ ਦੱਸਿਆ ਜਾ ਰਿਹਾ। ਮੌਕੇ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਨੇ ਅਤੇ ਇਸ ਪਾੜ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਲੋਕਾਂ ਦਾ ਕਹਿਣਾ ਕਿ ਜੇਕਰ ਜਲਦੀ ਇਸ ਪਾੜ ਨੂੰ ਨਾ ਪੂਰਿਆ ਗਿਆ ਤਾਂ ਪੰਜਾਬ ਦੇ ਕਈ ਪਿੰਡ ਪਾਣੀ ਦੇ ਵਿੱਚ ਡੁੱਬ ਸਕਦੇ ਨੇ। ਤਾਂ ਦੱਸ ਦਈਏ ਕਿ ਭਾਖੜਾ ਨਹਿਰ ਦੇ ਵਿੱਚ ਇਹ ਵੱਡਾ ਪਾੜ ਪਿਆ, ਤਲਵੰਡੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ
ਹੁਣ ਲੋਕ ਖੁਦ ਹੀ ਇਸ ਪਾੜ ਨੂੰ ਪੂਰਨ ਦੇ ਵਿੱਚ ਲੱਗੇ ਹੋਏ ਨੇ। ਤਾਂ ਦੱਸ ਦਈਏ ਕਿ ਹਨੇਰੇ ਦੇ ਵਿੱਚ ਵੀ ਲਗਾਤਾਰ ਇਸ ਪਾੜ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਹਾਲੇ ਤੱਕ ਇਸ ਪਾੜ ਨੂੰ ਪੂਰਿਆ ਨਹੀਂ ਜਾ ਸਕਿਆ। ਕਿਸਾਨਾਂ ਦੀ ਕਈ ਏਕੜ ਫਸਲ ਬਰਬਾਦ ਹੋ ਚੁੱਕੀ ਹੈ।